ਹੈਲਥ ਮੀਨਸ ਫਿਜ਼ੀਕਲ, ਮੈਂਟਲ ਐਂਡ ਸੋਸ਼ਲ ਵੈਲਬੀਇੰਗ। ਸਿਰਫ ਇਨਸਾਨ ਨੂੰ ਖਾਣਾ ਹੀ ਚੰਗਾ ਨਹੀਂ ਹੋਣਾ ਚਾਹੀਦਾ, ਹੈਲਥ ਵੀ ਵਾਸਤੇ ਐਕਸਰਸਾਈਜ਼ ਕਰਨਾ ਬਹੁਤ ਜ਼ਰੂਰੀ ਹੈ, ਨਾਲੇ ਮੈਂਟਲੀ ਇਨਸਾਨ ਸਟੇਬਲ ਹੋਣਾ ਚਾਹੀਦਾ ਹੈ, ਔਰ ਇੱਕ ਮੋਟੀਵੇਸ਼ਨ ਹੋਣੀ ਚਾਹੀਦੀ। ਜੋ ਯੁਵਾ ਹੈ ਘਰ ਪੇ ਬਹੁਤ ਸੇ ਜਿਮ ਆਪਣੇ ਸੈਟਅਪ ਕਰ ਲੇਤੇ ਹੈ, ਲੇਕਿਨ ਉਨਕੋ ਪ੍ਰੋਪਰ ਪੋਸਚਰ ਕਾ ਗਾਈਡੈਂਸ ਨਹੀਂ ਹੋਤਾ ਹੈ, ਉਸਕੀ ਵਜਹ ਸੇ ਕਈ ਵਾਰ ਉਨਕੇ ਮਸਲਸ ਮੇਂ ਬ੍ਰੇਕ ਹੋਣਾ, ਮਸਲ ਪੁਲ ਆਊਟ ਹੋਣਾ, ਐਸੀ ਸਾਰੀ ਕਾਫੀ ਸਾਰੀ ਚੀਜ਼ੇ ਉਹ ਲੋਕ ਫੇਸ ਕਰ ਰਹੇ ਹੋਤੇ ਹੈ। ਲੇਕਿਨ ਆਜ ਕੇ ਯੂਥ ਕੋ ਜੋ ਸਬਸੇ ਜ਼ਿਆਦਾ ਜ਼ਰੂਰੀ ਹੈ ਇੱਕ ਪ੍ਰੋਪਰ ਗਾਈਡੈਂਸ ਕੇ ਸਾਥ। ਆਜ ਸੇ 50 ਸਾਲ ਪਹਿਲੇ ਕੀ ਹਮਾਰੀ ਪੀੜ੍ਹੀ ਕੋ ਦੇਖੋ, ਜੋ ਅਖਾੜੇ ਮੇਂ ਉਤਰਤੀ ਥੀ, ਵੋ ਲੋਗੋ ਕੌਨ ਸੇ ਡਿੱਬੇ ਖਾਤੇ ਥੇ? ਕੋਈ ਡਿੱਬੇ ਨਹੀਂ ਖਾਤੇ ਥੇ। ਹਮਾਰੀ ਇੱਕ ਆਪਣੀ ਦੇਸੀ ਡਾਇਟ ਹੋਤੀ ਹੈ, ਘਰ ਪੇ ਘੀ, ਪ੍ਰੋਪਰ ਇੱਕ ਹੈਲਦੀ ਡਾਇਟ, ਜਿਸਮੇ ਆਪਕੇ ਵੈਜੀਟੇਬਲਸ ਵੀ ਹੋਣੇ ਚਾਹੀਏ, ਆਪਕੇ ਉਸਕੇ ਅੰਦਰ ਡਰਾਈ ਫਰੂਟਸ ਹੋ ਗਏ, ਦੂਧ, ਦਹੀਂ, ਮੱਖਣ, ਜਿਸਕੇ ਬਾਰੇ ਹਮ ਹਮੇਸ਼ਾ ਬਾਤ ਕਰਤੇ ਹੈ। ਲੱਗਦਾ ਜੇ ਪੰਜਾਬ ਦੀ ਪੀੜ੍ਹੀ ਅਜਿਹੇ ਰਾਹਾਂ 'ਤੇ ਚੱਲੇ, ਚੰਗੀ ਸੋਚ ਨੂੰ ਲੈ ਕੇ ਚੱਲੇ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਨਸ਼ੇ ਦਾ ਨਾਮ ਨਾਲ ਘਿਨਾਉਣਾ ਕਲੰਕ ਲੱਗਿਆ, ਇਹ ਮਿਟ ਜੂ? ਜ਼ਰੂਰ ਜ਼ਰੂਰ ਸਰ, ਇਹ ਤਾਂ ਮਿਟੇਗਾ ਹੀ, ਇਹਦੇ ਨਾਲ ਨਾਲ ਕੀ ਹੈਲਥੀ ਜੀਵਨ ਵੀ ਬੰਦਾ ਜੀਏਗਾ। ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਨਾਲ ਜੋੜਿਆ ਜਾਂਦਾ ਹੈ ਅਕਸਰ। ਪੰਜਾਬ ਦੀ ਜਦ ਨੌਜਵਾਨ ਪੀੜ੍ਹੀ ਦੀ ਗੱਲ ਕੀਤੀ ਜਾਂਦੀ ਹੈ ਤਾਂ ਸਭਨਾਂ ਦਾ ਖਿਆਲ ਇਹੀ ਆਉਂਦਾ ਹੈ ਕਿ ਪੰਜਾਬ ਤਾਂ ਹੁਣ ਨਸ਼ਿਆਂ ਦੀ ਦਲਦਲ ਦੇ ਵੱਲ ਵੱਧਦਾ ਹੋਇਆ ਵਿਖਾਈ ਦਿੰਦਾ, ਪਰ ਸਾਡੇ ਸਮਾਜ ਦੇ ਯੁਵਾ ਜੋ ਕਿ ਅੱਜ ਵੀ ਕਹਿ ਸਕਦੇ ਹਾਂ ਕਿ ਉਹਨਾਂ ਰਾਹਾਂ ਤੋਂ ਹਟ ਕੇ ਪੰਜਾਬ ਨੂੰ ਇੱਕ ਨਵੇਂ ਸਿਖਰ 'ਤੇ ਲਿਜਾਉਂਦੇ ਹੋਏ ਵਿਖਾਈ ਦਿੰਦੇ ਨੇ। ਇਸ ਵਕਤ ਅਸੀਂ ਮੌਜੂਦ ਅੰਮ੍ਰਿਤਸਰ ਦੇ ਇੱਕ ਨਿੱਜੀ ਜਿਮ ਵਿਖੇ, ਔਰ ਇੱਥੇ ਨੌਜਵਾਨ ਅਕਸਰ ਰੋਜ਼ਾਨਾ ਸਵੇਰੇ ਸ਼ਾਮ ਇੱਥੇ ਆਉਂਦੇ ਨੇ, ਆਪਣੇ ਕਹਿ ਸਕਦੇ ਹਾਂ ਕਿ ਸਰੀਰ ਨੂੰ ਇੱਕ ਨਵੀਂ ਤੰਦਰੁਸਤੀ ਦਾ ਰੂਪ ਰੇਖਾ ਦੇਣ ਦੇ ਲਈ ਇੱਥੇ ਕਸਰਤ ਕਰਦੇ ਨੇ। ਔਰ ਮਨੁੱਖੀ ਜ਼ਿੰਦਗੀ ਦੇ ਵਿੱਚ ਕਸਰਤ ਚਾਹੇ ਕਹਿ ਸਕਦੇ ਹਾਂ ਕਿ ਮਹਿਜ਼ ਛੋਟਾ ਜਿਹਾ ਸ਼ਬਦ ਹੈ, ਪਰ ਜੇ ਇਸ ਦੀ ਡੂੰਘਾਈ ਫਰੋਲਣ ਬੈਠੀਏ ਤਾਂ ਇਸ ਦਾ ਅਰਥ ਵਧੇਰੇ ਡੂੰਘਾ। ਸਾਡੇ ਨਾਲ ਕੁਛ ਨੌਜਵਾਨ ਮੌਜੂਦ ਨੇ, ਗੱਲਬਾਤ ਜ਼ਰੂਰ ਕਰ ਲੈਂਦੇ ਹਾਂ। ਕੀ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਜੋ ਕਸਰਤ ਦਾ ਕਿੰਨਾ ਕੁ ਅਹਿਮ ਕਿਰਦਾਰ ਹੈ ਔਰ ਮਨੁੱਖ ਨੂੰ ਕਿੰਨਾ ਇਸ ਨਾਲ ਜੁੜਨਾ ਚਾਹੀਦਾ? ਨਮਸਕਾਰ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵਿਨੋਦ ਕੁਮਾਰ ਹੈ, ਮੈਂ ਡਾਕਟਰ ਵਿਨੋਦ, ਬੇਸਿਕਲੀ ਮੈਂ ਹਾਰਟ ਦਾ ਡਾਕਟਰ। ਸੋ ਮੇਰੇ ਹਿਸਾਬ ਨਾਲ ਤਾਂ ਬਹੁਤ ਇੰਪੋਰਟੈਂਟ ਰੋਲ ਹੈ ਜੀ। ਹੈਲਥ ਮੀਨਸ ਫਿਜ਼ੀਕਲ, ਮੈਂਟਲ ਐਂਡ ਸੋਸ਼ਲ ਵੈਲਬੀਇੰਗ। ਸਿਰਫ ਇਨਸਾਨ ਨੂੰ ਖਾਣਾ ਹੀ ਚੰਗਾ ਨਹੀਂ ਹੋਣਾ ਚਾਹੀਦਾ, ਹੈਲਥ ਵੀ ਵਾਸਤੇ ਐਕਸਰਸਾਈਜ਼ ਕਰਨਾ ਬਹੁਤ ਜ਼ਰੂਰੀ ਹੈ, ਨਾਲੇ ਮੈਂਟਲੀ ਇਨਸਾਨ ਸਟੇਬਲ ਹੋਣਾ ਚਾਹੀਦਾ ਹੈ, ਔਰ ਇੱਕ ਮੋਟੀਵੇਸ਼ਨ ਹੋਣੀ ਚਾਹੀਦੀ। ਜਿਸ ਤਰ੍ਹਾਂ ਮੈਂ ਆਪ ਹੈਲਥ ਬਣਾ ਰਿਹਾ ਆਪਣੀ, ਇਸ ਵਾਸਤੇ ਚੰਗੀ ਰੱਖੀ ਤਾਂ ਕਿ ਕੋਈ ਪੇਸ਼ੈਂਟ ਮੇਰੇ ਕੋਲ ਆਉਂਦਾ, ਅਗਰ ਮੈਂ ਆਪ ਹੀ ਸਮੋਕ ਕਰਨਾ ਸ਼ੁਰੂ ਕਰਾਂਗੇ ਤਾਂ ਮੈਂ ਕੀ ਐਗਜ਼ਾਮਪਲ ਸੈੱਟ ਕਰਾਂਗਾ ਬਾਕੀਆਂ ਵਾਸਤੇ, ਹੈ ਨਾ? ਅਤੇ ਇੱਕ ਮੋਟੀਵੇਸ਼ਨ ਹੋਣੀ ਚਾਹੀਦੀ ਬਾਕੀਆਂ ਵਾਸਤੇ ਕਿ ਹੈਲਥ ਕਿਉਂ ਜ਼ਰੂਰੀ ਹੈ। ਜਿਮ ਆਉਣਾ ਇਸ ਵਾਸਤੇ ਵੀ ਜ਼ਰੂਰੀ ਹੈ ਕਿ ਤੁਸੀਂ ਮਾਇੰਡ ਡਾਈਵਰਟ ਹੋ ਜਾਂਦਾ ਹੈ, ਤੁਸੀਂ ਸਮੋਕ ਵਗੈਰਾ ਔਰ ਨਸ਼ੇ ਵਗੈਰਾ ਜਿਹੜੇ ਕਰਦੇ ਹੋ ਉਸ ਤੋਂ ਮਾਇੰਡ ਡਾਈਵਰਟ ਕਰਕੇ ਜਿਮ ਵੱਲ ਜਾ ਸਕਦੇ ਹੋ, ਮਤਲਬ ਦੈਟਸ ਵਾਈ ਇਟਸ ਇੰਪੋਰਟੈਂਟ, ਹੈ ਨਾ? ਪੰਜਾਬ ਦੀ ਜਿਹੜੀ ਮੌਜੂਦਾ ਜੋ ਹਾਲਾਤ ਨੇ, ਅਕਸਰ ਅਸੀਂ ਦੇਖਦੇ ਹਾਂ ਆਏ ਦਿਨ ਹੀ ਨੌਜਵਾਨਾਂ ਦੀ ਨਸ਼ਿਆਂ ਨਾਲ ਜਾਂ ਵੱਖ ਵੱਖ ਹੋਰ ਗਲਤ ਰਾਹਾਂ ਕਰਕੇ ਮੌਤ ਹੁੰਦੀ ਹੋਈ ਵਿਖਾਈ ਦਿੰਦੀ ਹੈ, ਪਰ ਜੋ ਅਜਿਹੇ ਚੰਗੇ ਰਾਹ ਨੇ ਚਾਹੇ ਆਪਾਂ ਕਸਰਤ ਨੂੰ ਹੀ ਮੁੱਖ ਰੱਖ ਲਈਏ, ਤਾਂ ਕੀ ਲੱਗਦਾ ਕਿ ਕਿਹੜੀਆਂ ਅਜਿਹੀਆਂ ਰਾਹ ਦੇ ਵਿੱਚ ਔਕੜਾਂ ਨੇ ਜਿਸ ਕਰਕੇ ਨੌਜਵਾਨ ਇਹਨਾਂ ਰਾਹਾਂ ਨੂੰ ਨਹੀਂ ਅਪਣਾ ਪਾਉਂਦੇ? ਦੇਖੋ, ਇਹ ਸਿਰਫ ਪੰਜਾਬ ਦੀ ਗੱਲ ਨਹੀਂ ਹੈ, ਹਰ ਜਗ੍ਹਾ ਸੇਮ ਸਟੋਰੀ ਹੈ। ਹਰ ਜਗ੍ਹਾ ਲੋਕ ਨਸ਼ੇ ਨਾਲ ਯੰਗ ਏਜ ਵਿੱਚ ਡੈਥਸ ਹੋ ਰਹੀ ਹੈ ਬਹੁਤ। ਅੱਜ ਕੱਲ੍ਹ ਇਹ ਚੀਜ਼ਾਂ ਹਾਈਲਾਈਟ ਹੋ ਰਹੀਆਂ ਜ਼ਿਆਦਾ, ਇਸ ਕਰਕੇ ਸਾਨੂੰ ਪਤਾ ਲੱਗ ਰਿਹਾ ਹੈ। ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਯੰਗ ਏਜ ਵਿੱਚ ਹਾਰਟ ਦੀ ਪ੍ਰੋਬਲਮ ਯੂਜਲੀ ਹੁੰਦੀ ਨਹੀਂ ਹੈ, ਹਾਰਟ ਦੀ ਪ੍ਰੋਬਲਮ ਯੂਜਲੀ 60 ਸਾਲ ਦੇ ਉੱਪਰ ਹੋਣਾ ਸ਼ੁਰੂ ਹੁੰਦੀ ਹੈ। ਲੇਕਿਨ ਇਹ ਨਸ਼ੇ ਕਰਕੇ, ਅਨਹੈਲਦੀ ਲਾਈਫ ਸਟਾਈਲ ਕਰਕੇ ਔਰ ਵੈਸਟਰਨ ਕਲਚਰ ਨੂੰ ਅਪਣਾਉਣ ਨਾਲ ਇਹ ਹਾਰਟ ਦੀ ਬਿਮਾਰੀਆਂ, ਬ੍ਰੇਨ ਦੀ ਬਿਮਾਰੀਆਂ, ਦੂਜੀ ਤੀਜੀ ਬਿਮਾਰੀਆਂ ਯੰਗ ਏਜ ਵਿੱਚ ਆਉਣਾ ਸ਼ੁਰੂ ਹੋ ਚੁੱਕੀਆਂ, ਔਰ ਇਸ ਚੀਜ਼ ਦੀ ਅਵੇਅਰਨੈਸ ਲੋਕਾਂ ਨੂੰ ਹੋਣੀ ਚਾਹੀਦੀ, ਔਰ ਤੁਹਾਡੇ ਥਰੂ ਮੀਡੀਆ ਦੇ ਥਰੂ ਇਹ ਚੀਜ਼ਾਂ ਲੋਕਾਂ ਤੱਕ ਪੁੱਜਣੀ ਚਾਹੀਦੀਆਂ ਕਿ ਆਪਣੇ ਲਾਈਫ ਸਟਾਈਲ ਨੂੰ, ਆਪਣੇ ਹੈਲਥ ਨੂੰ ਹੈਲਦੀ ਰੱਖੋ, ਕਿਉਂਕਿ ਹੈਲਥ ਕਿਸੇ ਦੀ ਪਰਸਨਲ ਪ੍ਰੋਪਰਟੀ ਨਹੀਂ ਹੈ, ਇਟਸ ਅ ਕੰਟੀਨਿਊਸ ਪ੍ਰੋਸੈਸ। ਅਗਰ ਤੁਸੀਂ ਅੱਜ ਹੈਲਦੀ ਹੋ, ਛੱਡ ਦੋਗੇ ਐਕਸਰਸਾਈਜ਼ ਕਰਨਾ, ਤੁਸੀਂ ਕੱਲ੍ਹ ਅਨਹੈਲਦੀ ਹੋ ਸਕਦੇ ਹੋ, ਤਾਂ ਇਟਸ ਅ ਕੰਟੀਨਿਊਸ ਪ੍ਰੋਸੈਸ। ਤੁਹਾਨੂੰ ਹੈਲਦੀ ਰਹਿਣ ਵਾਸਤੇ ਡੇਲੀ ਐਕਸਰਸਾਈਜ਼ ਕਰਨੀ, ਜਿਸ ਤਰ੍ਹਾਂ ਡੇਲੀ ਤੁਸੀਂ ਖਾਣਾ ਖਾਂਦੇ ਹੋ, ਕੰਮ ਕਰਦੇ ਹੋ, ਉਸ ਤਰ੍ਹਾਂ ਐਕਸਰਸਾਈਜ਼ ਵੀ ਕਰਨਾ ਜ਼ਰੂਰੀ ਹੈ। 24 ਘੰਟੇ
ਵਿੱਚ ਹੀ ਅਸੀਂ ਹਰ ਕੁਛ ਕਰਦੇ ਤਾਂ ਐਕਸਰਸਾਈਜ਼ ਕਰਨ ਵਾਸਤੇ ਆਪਣੇ ਵਾਸਤੇ ਅੱਧਾ ਘੰਟਾ ਕੱਢਣਾ ਬਹੁਤ ਜ਼ਰੂਰੀ। 15 ਸਾਲ ਤੋਂ ਜਿਮ ਨਾਲ ਜੁੜੇ ਹੋਏ ਹੋ ਅਤੇ ਕੀ ਸਰੀਰਕ ਫਰਕ ਕੀ ਫੀਲਿੰਗ ਹੈ? ਤੁਸੀਂ ਕਿਸੇ ਨੂੰ ਡਿਸਕ੍ਰਾਈਬ ਨਹੀਂ ਕਰ ਸਕਦੇ ਹੋ, ਹੈਲਦੀ ਹੋਣਾ ਆਪਣੇ ਆਪ ਹੀ ਇੱਕ ਫੀਲਿੰਗ ਹੈ। ਜਿਹੜਾ ਇਨਸਾਨ ਜਿਮ ਜਾਂਦਾ ਹੈ ਉਹ ਇਸ ਚੀਜ਼ ਨੂੰ ਫੀਲ ਕਰਦਾ ਹੈ, ਔਰ ਇਹ ਆਪਣੇ ਵਾਸਤੇ, ਆਪਣੀ ਫੈਮਿਲੀ ਵਾਸਤੇ, ਆਪਣੀ ਕੰਟਰੀ ਵਾਸਤੇ, ਬਿਕੋਜ਼ ਵੀ ਆਰ ਦਾ ਬਿਲਡਿੰਗ ਬਲੋਕਸ ਫੋਰ ਨੇਸ਼ਨ। ਅਗਰ ਅਸੀਂ ਹੈਲਦੀ ਹੋਵੋਗੇ ਤਾਂ ਡੈਫੀਨੇਟਲੀ ਸਾਡੀ ਕੰਟਰੀ ਗਰੋ ਕਰੇਗੀ ਔਰ ਹੈਲਦੀ ਹੋਏਗੀ ਜੀ। ਨੌਜਵਾਨ ਘਰਾਂ ਦੇ ਵਿੱਚ ਵੀ ਕਈਆਂ ਨੇ ਜਿਮ ਲਗਾਉਣੀ ਸ਼ੁਰੂ ਕਰ ਦਿੰਦੇ ਨੇ ਪਰ ਗਲਤ ਐਕਸਰਸਾਈਜ਼ਾਂ ਕਰਕੇ ਉਹ ਸਰੀਰ ਨੂੰ ਨੁਕਸਾਨ ਵੀ ਦੇ ਦਿੰਦੇ ਨੇ, ਤਾਂ ਕੀ ਉਹਨਾਂ ਲਈ ਕੀ ਟਿਪਸ ਨੇ ਜਾਂ ਕੀ ਗਾਈਡ ਆ? ਅੱਜ ਕਾ ਜੋ ਯੁਵਾ ਹੈ ਘਰ ਪੇ ਬਹੁਤ ਸੇ ਜਿਮ ਆਪਣੇ ਸੈਟਅਪ ਕਰ ਲੈਤੇ ਹੈ ਲੇਕਿਨ ਉਨਕੋ ਪ੍ਰੋਪਰ ਪੋਸਚਰ ਕਾ ਗਾਈਡੈਂਸ ਨਹੀਂ ਹੋਤਾ ਹੈ, ਉਸਕੀ ਵਜਹ ਸੇ ਕਈ ਵਾਰ ਉਨਕੇ ਮਸਲਸ ਮੇਂ ਬ੍ਰੇਕ ਹੋਣਾ, ਮਸਲ ਪੁੱਲ ਆਊਟ ਹੋਣਾ, ਐਸੀ ਸਾਰੀ ਕਾਫੀ ਸਾਰੀ ਚੀਜ਼ਾਂ ਉਹ ਲੋਕ ਫੇਸ ਕਰ ਰਹੇ ਹੋਤੇ ਹੈ। ਲੇਕਿਨ ਅੱਜ ਕੇ ਯੂਥ ਕੋ ਜੋ ਸਭ ਸੇ ਜ਼ਿਆਦਾ ਜ਼ਰੂਰੀ ਹੈ ਇੱਕ ਪ੍ਰੋਪਰ ਗਾਈਡੈਂਸ ਕੇ ਸਾਥ। ਅਗਰ ਹਮ ਕਹੇ ਕਿ ਯੁਵਾ ਕੋ ਸਭ ਸੇ ਜ਼ਿਆਦਾ ਜ਼ਰੂਰਤ ਹੋਤੀ ਹੈ ਇੱਕ ਮਾਰਗਦਰਸ਼ਨ ਕੀ, ਗਾਈਡੈਂਸ ਕੀ, ਚਾਹੇ ਉਹ ਕੋਈ ਵੀ ਚੀਜ਼ ਹੋ, ਚਾਹੇ ਵੋ ਉਸਕੀ ਇੱਕ ਲਾਈਫ ਸਟਾਈਲ ਕੇ ਲਈ ਹੋ, ਚਾਹੇ ਉਸਕੀ ਐਜੂਕੇਸ਼ਨ ਕੇ ਲਈ ਹੋ, ਚਾਹੇ ਉਸਕੇ ਕਰੀਅਰ ਕੇ ਲਈ ਹੋ, ਉਸੀ ਤਰ੍ਹਾਂ ਆਜ ਅਗਰ ਹਮ ਆਪਣੀ ਫਿਜ਼ੀਕਲ ਹੈਲਥ ਕੀ ਔਰ ਆਗੇ ਬੜ ਰਹੇ ਹੈ ਤੋ ਫਿਜ਼ੀਕਲ ਹੈਲਥ ਕੋ ਵੀ ਆਗੇ ਲਿਜਾਨੇ ਕੇ ਲਈ ਇੱਕ ਕੋਚ ਕੀ ਜ਼ਰੂਰਤ ਹੋਤੀ ਹੈ, ਇੱਕ ਟੀਚਰ ਕੀ ਜ਼ਰੂਰਤ ਹੋਤੀ ਹੈ, ਜੋ ਆਪਕੋ ਪ੍ਰੋਪਰ ਐਕਸਰਸਾਈਜ਼ ਬਤਾ ਸਕੇ ਕਿ ਕੌਨ ਸੀ ਐਕਸਰਸਾਈਜ਼ ਆਪਕੋ ਕਿਸ ਤਰ੍ਹਾਂ ਸੇ ਕਾਮ ਆਏਗੀ, ਵੋ ਆਪਕੋ ਕਿਸ ਤਰ੍ਹਾਂ ਸੇ ਆਪਣੀ ਲਾਈਫ ਮੇਂ ਯੂਜ਼ਫੁਲ ਹੋਂਗੀ ਔਰ ਕਿਸ ਤਰ੍ਹਾਂ ਸੇ ਆਪ ਉਸਕੋ ਆਪਣੀ ਮਸਲ ਬਿਲਡਿੰਗ ਮੇਂ ਯੂਜ਼ ਕਰ ਸਕਤੇ ਹੋ, ਇਸ ਤਰ੍ਹਾਂ ਸੇ ਉਹ ਆਪਕੋ ਕਾਫੀ ਸਾਰੀ ਚੀਜ਼ੋ ਮੇਂ ਫਾਇਦਾ ਦੇਗੀ। ਦੂਸਰਾ, ਆਪ ਆਪਣੇ ਮਸਲ ਬ੍ਰੇਕ ਔਰ ਕਾਫੀ ਅਦਰ ਫਿਜ਼ੀਕਲ ਜੋ ਵੀ ਆਪਕੀ ਕਮੀਆਂ ਹੈ ਜਾਂ ਬਹੁਤ ਸੇ ਚੋਟ ਆ ਜਾਤੀ ਹੈ ਜਾਂ ਮੋਚ ਆ ਜਾਤੀ ਹੈ ਜਿਸਕੇ ਬਾਅਦ ਹਮ ਪੂਰੀ ਲਾਈਫ ਕੇ ਲੀਏ ਉਸ ਚੀਜ਼ ਕੋ ਫੇਸ ਕਰ ਰਹੇ ਹੋ ਤਾਂ ਆਪਣੀ ਇੱਕ ਹੈਲਦੀ ਲਾਈਫ ਸਟਾਈਲ ਕੋ ਛੋੜ ਦੇਤੇ ਹੈ, ਉਨ ਸਭ ਸੇ ਬਚਨੇ ਕੇ ਲਈ ਇੱਕ ਪ੍ਰੋਪਰ ਟ੍ਰੇਨਰ, ਕੋਚ, ਇਨ ਸਭ ਕੀ ਗਾਈਡੈਂਸ ਕੀ ਜ਼ਰੂਰਤ ਹੋਤੀ ਹੈ। ਇਸੀ ਲਈ ਲਾਈਫ ਮੇਂ ਹੋਮ ਜਿਮ ਇਜ਼ ਅ ਗੁੱਡ ਆਪਸ਼ਨ ਬਟ ਫੋਰ ਦੈਟ ਯੂ ਹੈਵ ਟੂ ਨੋ ਦਾ ਪ੍ਰੋਪਰ ਪੋਸਚਰ ਐਂਡ ਯੂ ਹੈਵ ਗੈਟ ਟ੍ਰੇਨਿੰਗ, ਸੋ ਜੁਆਇਨ ਅ ਜਿਮ ਐਂਡ ਨੋ ਅਬਾਊਟ ਦਾ ਪੋਸਚਰਸ ਐਂਡ ਟੇਕ ਦਾ ਗਾਈਡੈਂਸ, ਆਫਟਰ ਦੈਟ ਯੂ ਕੈਨ ਸੈਟ ਅਪ ਯੋਰ ਓਨ ਹੋਮ ਜਿਮ। तो अपने घर में जिम लगाकर आप उसके बाद उसको प्रॉपर शुरू कर सकते हो ताकि आपके शरीर को उससे कोई नुकसान ना हो। नौजवानों के मन में बड़ी एक गल रहती है कि जिम जावांगे उत्थे डब्बे खावांगे, ਐਕਸਰਸਾਈਜ਼ਾਂ ਲਗਾਉਣ ਦੇ ਲਈ ਪੈਸੇ ਚਾਹੀਦੇ ਨੇ, ਕਈ ਲੋਕ ਅਜਿਹੇ ਹੁੰਦੇ ਨੇ ਜੋ ਇਹ ਸਭ ਅਫੋਰਡ ਨਹੀਂ ਕਰ ਪਾਉਂਦੇ, ਤਾਂ ਕੀ ਇਹ ਸਭ ਖਾਣ ਦੇ ਨਾਲ ਹੀ ਸਰੀਰ ਤੰਦਰੁਸਤ ਹੁੰਦਾ ਜਾਂ ਦੇਸੀ ਖੁਰਾਕਾਂ ਜੋ ਨੇ ਉਹ ਅਸਲ ਦੇ ਵਿੱਚ ਅਮਲ ਕਰ? ਕੁਛ ਨਹੀਂ ਹੈ ਐਸਾ, ਬਿਲਕੁਲ ਗਲਤ ਹੈ ਕਿ ਹਮ ਕਹਤੇ ਹੈ ਕਿ ਸਿਰਫ ਡੱਬੇ ਖਾਣੇ ਜਾਂ ਸਟੀਰੋਇਡਸ ਲੈਣੇ, ਇਨ ਸਭ ਸੇ ਸਰੀਰ ਬਣੇਗਾ। ਆਜ ਅਗਰ ਹਮ ਬਾਤ ਕਰੇ ਆਜ ਸੇ 50 ਸਾਲ ਪਹਿਲੇ ਕਿ ਹਮਾਰੀ ਪੀੜ੍ਹੀ ਕੋ ਦੇਖੋ ਜੋ ਅਖਾੜੇ ਮੇਂ ਉਤਰਦੀ ਥੀ, ਵੋ ਲੋਗੋ ਕੌਨ ਸੇ ਡਿੱਬੇ ਖਾਤੇ? ਕੋਈ ਡਿੱਬੇ ਨਹੀਂ ਖਾਤੇ ਥੇ, ਹਮਾਰੀ ਇੱਕ ਆਪਣੀ ਦੇਸੀ ਡਾਇਟ ਹੋਤੀ ਹੈ, ਘਰ ਪੇ ਘੀ, ਪ੍ਰੋਪਰ ਇੱਕ ਹੈਲਦੀ ਡਾਇਟ ਜਿਸਮੇਂ ਆਪਕੇ ਵੈਜੀਟੇਬਲਸ ਵੀ ਹੋਣੇ ਚਾਹੀਏ, ਆਪਕੇ ਉਸਕੇ ਅੰਦਰ ਡਰਾਈ ਫਰੂਟਸ ਹੋ ਗਏ, ਦੂਧ, ਦਹੀਂ, ਮੱਖਣ ਜਿਸਕੇ ਬਾਰੇ ਹਮ ਹਮੇਸ਼ਾ ਬਾਤ ਕਰਤੇ ਹੈ। ਹਮਾਰੇ ਦੇਸ਼ ਮੇਂ ਔਰ ਪੰਜਾਬ ਮੇਂ ਅਗਰ ਖਾਸ ਕਰ ਬਾਤ ਕਰੇ ਦੂਧ, ਦਹੀਂ, ਮੱਖਣ, ਇਨ ਸਭ ਕੀ ਕੋਈ ਕਮੀ ਨਹੀਂ ਹੈ। ਮੈਨੂੰ ਤਾਂ ਇਹੀ ਰਹੇਗਾ ਜੀ, ਜਿੰਮ ਜੁੰਮ ਲਾਓ, ਫਿਟਨੈਸ ਫੁਟਨੈਸ ਕਰੋ, ਆਪਣੀ ਜਿੰਨੀ ਫਿਟਨੈਸ ਹੋ ਸਕੇ ਤੁਹਾਡੀ ਬੋਡੀ ਤੰਦਰੁਸਤ ਰਹੇਗੀ। ਇੱਕ ਬੰਦਾ ਐਕਟਿਵ ਫੀਲ ਕਰਦਾ ਬਹੁਤ ਜ਼ਿਆਦਾ, ਵੀ ਜਦੋਂ